हेलो जी, सत श्री अकाल, सलाम आदाब नमस्कार जी सारिया नूं। फिर पंजाब चैनल दा थोड़ा स्वागत है। दिन अज शुक्रवार दा ही है, जिहड़ा टाइम है 4:30 हो गए। चार चाली हो गए ने। ते मैं अज ना सनाम गई सी, मैं तुहानूं ब्लॉग कल वाले ब्लॉग विच दस्सिया सी मैं कुछ समान लेके आऊँगी। पहलां तुहानूं समान दिखा दिए, ते उह क्यों लिआंदा तुहानूं पता लग जूगा वी क्यों लिआंदा गा। ਤੁਸੀਂ ਮੈਨੂੰ ਜ਼ਰੂਰ ਦੱਸਿਓ ਵੀ ਮੇਰਾ ਫੈਸਲਾ ਸਹੀ ਹੈ ਜਾਂ ਗਲਤ ਹੈਗਾ, ਵੀ ਮੈਂ ਇੱਥੋਂ ਹੋ ਜੂਗਾ ਜਾਂ ਨਾ ਹੋ ਜੂਗਾ ਉਹ ਕੰਮ, ਜਿਹਦੇ ਵਾਸਤੇ ਆਪਾਂ ਸਮਾਨ ਲਿਆਂਦਾ। ਚਲੋ ਜੇ ਤੁਹਾਨੂੰ ਸਮਾਨ ਦਿਖਾਉਂਦੇ ਹਾਂ, ਨਾਲੇ ਮੈਂ ਰੇਟ ਦੱਸ ਦਿੰਦੀ ਹਾਂ। ਪੁੱਤ ਲਿਆ ਚੱਕ ਲਓ ਤੁਸੀਂ, ਅੱਜ ਮੈਨੂੰ ਰੈਸਟ ਕਰਨੀ ਨਹੀਂ ਮਿਲੀ ਹੈਗੀ, ਹੋਰ ਹੀ ਹੋਇਆ ਪਿਆ। ਕੱਲਾ ਕਿੰਨਾ ਦਿਨ ਦੱਸੋ ਕੀ ਹੈ डेढ़ बजे मुड़ के थोड़े टाइम लैके सैनिटाइज होया हुआ समान रखता थोड़ा टाइम। यह हैगी जी 6 फुट लंबी है, 2.5 फुट यह चौड़ी है जी। पता है ना की यो होगा है ना, यह जो आप एक्सरसाइज करते हैं उपर जो योगा कर देंगे तो यह कट्ठी नहीं होंगी हैगी। उंज मैट अपने को घर वास्ते है ने, पर वो कट्ठिया हो जाए। जिस तरह आप योगा वगैरह करा जो कोई एक्सरसाइज करा, आप एक्सरसाइज करा जो दूसरिया मैट मैं हो जाए ने। यह 6 फुट तो हैगी लंबी, 2.5 फुट हैगी है जी चौड़ी। तो यह दी आप 450 जी, 500 रुपया मंग गया, 450 दिखती है। अगली हैगीपिंग रोप टप्पण वाली रस्सी, ए दिती है 150 दी। ए जेड़े दे हैंडल ने लकड़ दे ने, जेड़े सॉफ्ट हैंडल वाली सी वह 200 की सी, वह बड़ी छोटी नहीं होंगी सी, ये इतनी क्लिप लगे हुआ इन आप बड़ी छोटी कर लाँगे क्योंकि मेरे टप्पण के नाल नाल बच्चे भी टप्पण गए, तो इस करके यह रस्सी रही है। तो बढ़िया चीज है यार, की हुंदा है की कहंदे नूं भार चुकणा नहीं, अरे मुंगी वाली जो खंडू वाली यही है जी। यह वेटिंग मशीन थोड़ी कि बिचो निकली भी पई है, ਦੁਕਾਨ ਇਤੋਂ ਕਿਹੜਾ ਆਪਾਂ ਪਹਿਲਾਂ ਭਾਂਡੇ ਖਰੀਦੇ ਸੀ ਭਾਂਡੇ ਬਿੰਦਾ ਦੇ ਤੇਰ ਕਿੰਨਾ ਤੁਹਾਨੂੰ ਕੋ ਛੱਡੋ। ਇਹਦੇ ਵਿੱਚ ਨਾ ਸੈੱਲ ਪੈਂਦੇ ਨੇ, ਇੱਕ ਬਿਜਲੀ ਤੇ ਚਾਰਜ ਵਾਲੀ ਵੀ ਸੀ, ਉਹ ਤਾਂ ਹੈਗੀ ਸੀ 1400-1500 ਦੀ। ਇਹਦੇ ਵਿੱਚ 2 ਬੈਟਰੀ ਨੇ, ਕਿੰਨੇ ਦੀ ਆ 900 ਦੀ ਹੈ, ਕਾਹਲ ਬਹੁਤ ਕਰਦਾ ਨਹੀਂ ਪਨੋ 900 ਦਿੱਤੀ ਆ। ਇਹ ਆਪਾਂ ਲੈ ਕੇ ਗ੍ਰਾਮਾਂ ਤੋਂ ਲੈ ਕੇ 30 ਕਿਲੋ ਤੱਕ ਇਹਦੇ ਉੱਪਰ ਆਪਾਂ ਵਜਨ ਤੋਲ ਸਕਦੇ ਆ। ਇਹਦੇ ਖਰੀਦਣ ਦੇ 2 ਕਾਰਨ ਨੇ ਜੀ। ਪਹਿਲਾਂ ਤਾਂ ਇੱਕ ਤਾਂ ਇਹਦੇ ਉੱਪਰ ਆਪਾਂ ਕੋਈ ਵੀ ਕਿਚਨ ਦਾ ਸਮਾਨ ਆ ਹਨਾ, ਜੇ ਕੋਈ ਚੀਜ਼ ਤੋਲ ਕੇ ਬਣਾਉਣੀ ਆ ਨਾ ਤਾਂ ਸਾਡੇ ਵੱਲ ਤੱਕੜੀ ਬੱਟਾ ਵੀ ਨਹੀਂ ਹੈਗਾ। ਮੇਰੀ ਮੰਮੀ ਦੇ ਘਰੋਂ ਪਹਿਲਾਂ ਮੈਂ ਤੱਕੜੀ ਬੱਟੇ ਬਸੇਰੀਆਂ ਲੈ ਕੇ ਆਉਂਦੀ, ਕੋਈ ਵੀ ਚੀਜ਼ ਤੋਲਣ ਵਾਸਤੇ ਮੇਰੇ ਕੋਲ ਹੈ ਨਹੀਂ ਸੀ। ਹਰੇਕ ਕਿਚਨ ਦੇ ਵਿੱਚ ਇਹ ਜ਼ਰੂਰੀ ਚਾਹੀਦੀ ਆ। ਜੇ ਤੁਹਾਨੂੰ ਜ਼ਿਆਦਾ ਲੋੜ ਹੈ ਨਾ ਵੀ 25-30 ਕਿਲੋ ਤੱਕ ਅੱਗੇ ਤੁਸੀਂ ਵੱਧ ਤੋਲਣਾ ਹੈਗਾ ਤਾਂ 150 ਕਿਲੋ ਦੀ ਕਪੈਸਿਟੀ ਵਾਲੀ ਹੁੰਦੀ ਤਾਂ ਤੁਸੀਂ ਜ਼ਿਆਦਾ ਪੈਸੇ ਲਾ ਦਿਓ, 1500-1600 ਰੁਪਏ ਦੀ ਵਧੀਆ ਆ ਜਾਂਦੀ ਹੈ। ਇਹ ਫਿਲਹਾਲ ਆਪਾਂ ਘੱਟ ਲਈ ਹੈਗੀ। ਤੇ ਇੱਕ 10 ਕਿਲੋ ਵਾਲੀ ਆਉਂਦੀ ਉਹ 400 ਦੀ ਆ ਜਾਂਦੀ ਹੈ। ਇਸ ਤੋਂ ਜਿਹੜੀ ਕੁਆਲਿਟੀ ਉਹਦੀ ਹਲਕੀ ਹੈ ਉਹ 10 ਕਿਲੋ ਵਾਲੀ ਕਰ ਦਿਓ, 300-400 ਦੀ ਆ ਜਾਂਦੀ ਹੈ। ਇਹਦਾ ਵਜਨ ਹੈਗਾ 30 ਕਿਲੋ ਤੱਕ ਕਰੂਗੀ। ਪਹਿਲਾਂ ਤਾਂ ਇਹਦਾ ਐਂ ਵੀ ਆਪਣੇ ਕਿਚਨ ਦੇ ਵਿੱਚ ਕੰਮ ਆਇਆ ਕਰੂਗੀ। ਦੂਜਾ ਇਹ ਹੈ ਜੀ ਵੀ ਮੈਂ ਨਾ ਵੇਟ ਕਰੂੰਗੀ ਦਾਲਾਂ ਸਬਜ਼ੀਆਂ ਦਾ, ਮੈਂ ਆਪਣੀ ਜਿਹੜੀ ਕੈਲਰੀ ਕਾਊਂਟ ਕਰਕੇ ਫਿਰ ਆਪਣੀ ਜਿਹੜੀ ਖੁਰਾਕ ਹੈ ਲਊਂਗੀ, ਕਿਉਂਕਿ ਮੈਂ ਆਪਣਾ ਵਜਨ ਘਟਾਉਣ ਬਾਰੇ ਸੋਚ ਰਹੀ ਕਿ ਮੈਂ ਵਜਨ ਘਟਾਉਣ ਬਾਰੇ ਸੋਚ ਰਹੀ ਹਾਂ ਹੁਣ ਆਪਦਾ। ਅਤੇ ਮੈਂ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈਗੀ,
ਦਿਨ ਤੁਸੀਂ ਮੈਨੂੰ ਮੋਟੀਵੇਟ ਜ਼ਰੂਰ ਕਰਿਓ ਮੇਰੇ ਵਾਸਤੇ ਤੁਸੀਂ ਜ਼ਰੂਰ ਲਿਖੋ ਵੀ ਹਾਂ ਦੀਦੀ ਤੁਸੀਂ ਘਟਾ ਲਉਂਗੇ ਕਿਉਂਕਿ ਜੀ ਵਜਨ ਹੈ ਜਿਹੜਾ ਜੇ ਜਿੰਨਾ ਜ਼ਿਆਦਾ ਵਜਨ ਹੋਊਗਾ ਉਨੀਆਂ ਸਰੀਰ ਦੇ ਵਿੱਚ ਬਿਮਾਰੀਆਂ ਆਉਣਗੀਆਂ ਅਤੇ ਉੱਠਣ ਬੈਠਣ ਦੇ ਵਿੱਚ ਪ੍ਰੋਬਲਮ ਆਊ ਗੋਡੇ ਖੜ ਜਾਣਗੇ ਲੱਤਾਂ ਖੜ ਜਾਣਗੀਆਂ ਅੱਡੀਆਂ ਵਜਨ ਚੱਕੋਂ ਖੜ ਜਾਣਗੀਆਂ ਇਹ ਪਹਿਲਾਂ ਪਹਿਲਾਂ ਵਜਨ ਹੈ ਜਿਹੜਾ ਥੋੜ੍ਹਾ ਥੋੜ੍ਹਾ ਵੱਧਦਾ ਹੁੰਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਹੁੰਦਾ ਕਿਲੋ ਕਿਲੋ ਸਾਲ ਦਾ ਦੋ ਦੋ ਕਿਲੋ ਕਰਕੇ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਬੰਦਾ 90 ਕਿਲੋ ਦਾ 80 ਕਿਲੋ ਦਾ ਹੋ ਜਾਂਦਾ ਫਿਲਹਾਲ ਜਿਹੜਾ ਮੇਰਾ ਵਜਨ ਹੈ 73 ਕਿਲੋ ਹੈ 73 ਕਿਲੋ ਮੇਰੀ ਵਾਹਿਗੁਰੂ ਅੱਗੇ ਅਰਦਾਸ ਹੈ ਜੀ ਮੈਂ ਕੋਸ਼ਿਸ਼ ਕਰੂੰਗੀ ਪੂਰੀ ਮੈਂ ਆਪਣੇ ਮਨੋਂ ਤੁਹਾਨੂੰ ਕੋਸ਼ਿਸ਼ ਕਰੂੰਗੀ ਕਿ ਮੈਂ 10 ਕਿਲੋ ਘਟਾ ਲਾਂ ਅਤੇ 63 ਕਿਲੋ ਵਜਨ ਅੱਜ ਤੋਂ ਮੇਰਾ ਹੈਗਾ ਸੀ ਰਿਪਨ ਔਰਾਂ ਦੇ ਜਨਮ ਤੋਂ ਬਾਅਦ ਵੀ ਗਿਰਾ ਮੇਰਾ 63 ਕਿਲੋ ਹੋ ਗਿਆ ਸੀ 2011 ਦੇ ਵਿੱਚ ਨਵੰਬਰ 2011 ਦੇ ਵਿੱਚ ਜਿਹੜਾ ਮੇਰਾ ਵਜਨ ਸੀ 62 kg ਸੀ 62 ਕਿਲੋ ਸੀ ਉਸ ਤੋਂ ਬਾਅਦ ਜੀ ਫਿਰ 64 ਹੋ ਗਿਆ 65 66 ਤੇ ਮੇਰਾ ਕਈ ਸਾਲ ਖੜਾ ਰਿਹਾ ਫਿਰ 68 ਤੇ ਖੜਾ ਰਿਹਾ 68 ਮੇਰਾ ਨਾ 72 ਤੇ ਖੜਨ ਲੱਗ ਗਿਆ 72 ਤੋਂ ਘਟਾ ਕੇ ਮੈਂ 2018 ਦੇ ਵਿੱਚ ਮੈਂ ਆਪਣਾ ਵਜਨ ਲੈ ਆਈ ਸੀ ਜੀ 67 67 ਕਿਲੋ ਤੇ ਮੈਂ ਆਪਣਾ ਵਜਨ ਲੈ ਆਈ ਸੀ ਘਟਾ ਕੇ ਤੇ ਉਸ ਤੋਂ ਬਾਅਦ ਫਿਰ ਜਦੋਂ ਆਪਾਂ ਸੈਰ ਸੜਤੀ ਡਾਇਟ ਪਲਾਨ ਛੱਡਦਾ ਕੁਛ ਵੀ ਆਇਆ ਖਾ ਲਿਆ ਪੀ ਲਿਆ ਕੋਈ ਕਦੇ ਵੀ ਆਪਾਂ ਆਪਣਾ ਵਜਨ ਨਹੀਂ ਕਰਿਆ ਉਸ ਤੋਂ ਬਾਅਦ ਫਿਰ ਵੱਧਦਾ ਵੱਧਦਾ 75 ਕਿਲੋ ਹੋ ਗਿਆ ਸੀ 74 75 ਕਿਲੋ ਅਤੇ ਸਰਦੀਆਂ ਦੇ ਵਿੱਚ ਪਿਛਲੇ ਵਾਰ ਇਸ ਸਰਦੀ ਨੂੰ ਉਸ ਤੋਂ ਪਿਛਲੇ ਵਾਰ 75 75 ਕਿਲੋ ਹੋ ਗਿਆ ਸੀ ਅਤੇ ਮੈਂ ਘਟਾ ਕੇ ਹੌਲੀ ਹੌਲੀ ਘਟਾ ਘਟਾ ਕੇ 70 70 ਕਿਲੋ ਰਹਿੰਦੇ ਇੱਥੇ ਰਹਿ ਗਿਆ ਸੀ ਪਰ ਇਸ ਵਾਰ ਸਰਦੀਆਂ 'ਚ ਫਿਰ ਵੱਧ ਗਿਆ ਅਤੇ ਹੁਣ ਮੇਰੀ ਇਹ ਕੋਸ਼ਿਸ਼ ਰਹੂਗੀ ਕਿ ਮੈਂ ਆਪਣੀ ਕੋਸ਼ਿਸ਼ ਨਹੀਂ ਛੱਡਣੀ ਅਤੇ ਬਸ ਮੈਨੂੰ ਨਾ ਕੋਈ ਪ੍ਰੋਬਲਮ ਨਾ ਆਵੇ ਕਈ ਵਾਰ ਹੋ ਜਾਂਦਾ ਅੱਖਾਂ ਮੇਰੇ ਠੀਕ ਨਹੀਂ ਮੈਂ ਪਹਿਲਾਂ ਮੇਰੀ ਅੱਖਾਂ ਡਰਾਈ ਹੋ ਗਈਆਂ ਸੀ ਅਤੇ ਮੈਂ ਆਪਣੇ ਪੂਰਾ ਧਿਆਨ ਰੱਖੂੰਗੀ ਆਪਣੀ ਖੁਰਾਕ ਦਾ ਵੀ ਅਤੇ ਪਰਮਾਤਮਾ ਕਰੇ ਮੈਂ ਸਫਲ ਹੋ ਜਾਏ ਇਹਦੇ ਵਿੱਚ ਅਤੇ ਡਾਇਟ ਵਗੈਰਾ ਮੈਂ ਆਪਣੀ ਬਿਲਕੁਲ ਹੁਣ ਧਿਆਨ ਨਾਲ ਲਉਂਗੀ ਹਾਈ ਪ੍ਰੋਟੀਨ ਰੈਸਪੀ ਅਤੇ ਇਹ 3 ਚੀਜ਼ਾਂ ਲਿਆਉਂਦੀਆਂ ਨੇ ਆਪਾਂ ਅਤੇ ਡੰਬਲ ਅਸੀਂ ਲੈਣੇ ਸੀ ਡੰਬਲ ਹੈਗੇ ਸੀ ਉੱਥੇ 5 5 ਕਿਲੋ ਦੇ 5 ਕਿਲੋ ਦੇ ਡੰਬਲ ਮੈਂ ਤਾਂ ਮੈਨੂੰ ਤਾਂ ਕੋਈ ਔਖਾ ਨਹੀਂ ਜੀ ਮੈਨੂੰ ਤਾਂ ਆਦਤ ਪਈ ਹੋਈ ਹੈ ਵਜਨ ਚੱਕਣ ਦੀ ਪਰ ਬੱਚਿਆਂ ਦੇ ਲਈ ਔਖਾ ਹੈ ਇਸ ਕਰਕੇ ਮੈਂ ਇਹ ਕੋਸ਼ਿਸ਼ ਰੱਖਦੀ ਹਾਂ ਵੀ ਮੇਰੇ ਨਾਲ ਨਾਲ ਬੱਚੇ ਵੀ ਮੋਟੀਵੇਟ ਹੋਣ ਵੀ ਮੇਰੀ ਬਣਾ ਵਜਨ ਉਠਾ ਲੂਗਾ ਤਾਂ ਇਹਦੀ ਬੋਡੀ ਬਣੂਗੀ ਹੈ ਨਾ ਤਾਂ ਮੈਂ 3 3 ਕਿਲੋ ਦੇ ਡੰਬਲ ਲੈ ਆਊਂਗੀ ਅਤੇ ਅੱਜ ਉਹਦੇ ਕੋਲ ਹੈ ਨਹੀਂ ਸੀ ਉਹਨਾਂ ਨੇ ਮੰਡੇ ਨੂੰ ਕਿਹਾ ਤੁਸੀਂ ਮੰਡੇ ਨੂੰ ਲੈ ਜਿਓ ਅਤੇ ਤੁਸੀਂ ਜ਼ਰੂਰ ਦੱਸਿਓ ਵੀ 3 ਕਿਲੋ ਦੇ ਜਿਹੜੇ ਡੰਬਲ ਨੇ ਇਹਨਾਂ ਵਾਸਤੇ ਜ਼ਿਆਦਾ ਤਾਂ ਨਹੀਂ ਹੈਗੇ ਮੈਨੂੰ ਤਾਂ ਨਹੀਂ ਲੱਗਦੇ ਜ਼ਿਆਦਾ ਮੇਰੇ ਵਾਸਤੇ ਤਾਂ ਮੈਨੂੰ ਤਾਂ 5 ਕਿਲੋ ਦਾ ਵੀ ਉੱਥੇ ਸਾਡੇ ਪਿੰਡ ਹੈਗੇ ਨੇ ਪੇਕੇ ਪਿੰਡ ਵੇਲੇ ਆਰਾਮ ਨਾਲ ਮੈਂ ਚੱਕ ਕੇ ਐਕਸਰਸਾਈਜ਼ ਕਰ ਲੈਂਦੀ ਅਤੇ ਇੱਕ ਮੈਂ ਲੈ ਕੇ ਆਈ ਹਾਂ ਗ੍ਰੇਨ ਜਿਹਨੂੰ ਪੋਦਰਾ ਬੋਲਦੇ ਨੇ ਅਤੇ ਉਹ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਵੀ ਪੋਦਰਾ ਹੁੰਦਾ ਕੀ ਆ ਅਤੇ ਉਹਦੀ ਖਿਚੜੀ ਵਗੈਰਾ ਬਣਾਉਣੀ ਹੁੰਦੀ ਹੈ ਲਿਆਈ ਰਿਪਨ ਚੱਕ ਕੇ ਲਓ ਜੀ ਇਹ ਹੈਗਾ ਪੋਦਰਾ ਅਤੇ ਇਹਦੀ ਆਪਾਂ ਖਿਚੜੀ ਵਗੈਰਾ ਬਣਾਵਾਂਗੇ ਅਤੇ ਕੋਦਰੇ ਦੀ ਖਿਚੜੀ ਹੈ ਜਿਹੜੀ ਕੀ ਬਣਦੇ ਕਿਵੇਂ ਬਣਦੀ ਹੈ ਅਤੇ ਕੋਦਰੇ ਨੂੰ ਹੋਰ ਕੀ ਨਾਵਾਂ ਨਾਲ ਜਾਣਿਆ ਜਾਂਦਾ ਇਹਦੇ ਬਾਰੇ ਨਾ ਮੈਂ ਤੁਹਾਨੂੰ ਫਿਰ ਵੀਡੀਓ ਦਊਂ ਕਿਉਂਕਿ ਆਪਣਾ ਵਲੌਗ ਹੈ ਜਿਹੜਾ ਕਾਫੀ ਜ਼ਿਆਦਾ ਲੰਬਾ ਹੋ ਜਾਂਦਾ ਹੈਗਾ ਅਤੇ ਚਾਹੇ ਮੈਂ ਪੰਜਾਬੀ ਕੋਰਨਰ 'ਤੇ ਦੱਸਦਾ ਚਾਹੇ ਇਸ ਚੈਨਲ 'ਤੇ ਦੱਸਦਾ ਇਹ ਕੋਦਰਾ ਕਾਫੀ ਸਾਰੇ ਵਿਊਵਰਸ ਤਾਂ ਕੋਦਰੇ ਬਾਰੇ ਜਾਣਦੇ ਹੋਣਗੇ ਪਰ ਜਿਹੜੇ ਨਹੀਂ ਜਾਣਦੇ ਤਾਂ ਮੈਂ ਤੁਹਾਨੂੰ ਵੀਡੀਓ ਦੇ ਦੂੰਗੀ ਲਓ ਜੇ ਇੰਨਾ ਕੁ ਆਪਾਂ ਸਮਾਨ ਲਿਆਉਂਦਾ ਅਤੇ ਆਪਾਂ ਜਾਂਦੇ ਉੱਧਰ ਧਾਰਾਂ ਬੰਨ ਪੂਰਾ ਕੱਢਦੇ ਹਾਂ ਅਤੇ ਗੁਰਲੀਨ ਤੁਹਾਨੂੰ ਰੱਸੀ ਟੱਪ ਕੇ ਦਿਖਾਊਗੀ ਹੁਣ ਦੇਖਦੇ ਹਾਂ ਕੌਣ ਕਿੰਨਾ ਟੱਪੂਗਾ ਮੈਂ ਵੀ ਰੱਸੀ ਟੱਪ ਕੇ ਦਿਖਾਊਂਗੀ ਮੈਂ ਕਿੰਨਾ ਟੱਪੂਗੀ ਕਾਫੀ ਟਾਈਮ ਹੋ ਗਿਆ ਮੈਨੂੰ ਰੱਸੀ ਟੱਪੇ ਨੂੰ ਉਂਝ ਮੈਂ ਐਕਟਿਵ ਚਾਹੇ ਮੇਰਾ ਵਜਨ ਜ਼ਿਆਦਾ ਹੈ ਮੈਂ ਐਕਟਿਵ ਰਹਿਣੀ ਹੈਗੀ ਕਿਉਂਕਿ ਘਰ ਦੇ ਕੰਮਾਂ ਕਰਕੇ ਮੈਨੂੰ ਆਦਤ ਬਣੀ ਹੋਈ ਹੈਗੀ ਵਜਨ ਮੇਰਾ ਫਿਰ ਵੀ ਵੱਧ ਜਾਂਦਾ ਕਿਉਂਕਿ ਜਿਹੜੇ ਆਪਾਂ ਘਰ ਦੇ ਕੰਮ ਕਰਦੇ ਹਾਂ ਨਾ ਇਹਨਾਂ ਨਾਲ ਕੋਈ ਖਾਸ ਫਰਕ ਨਹੀਂ ਪੈਂਦਾ ਹੁੰਦਾ ਹੈ ਨਾ ਫਰਕ ਤਾਂ ਪੈਂਦਾ ਮੈਂ ਨਹੀਂ ਕਹਿੰਦੀ ਬਿਲਕੁਲ ਵੀ ਫਰਕ ਨਹੀਂ ਪੈਂਦਾ ਕਿਉਂਕਿ ਕਿੱਥੇ ਤਾਂ ਜੀ ਆਪਾਂ ਬੈਠੇ ਰਹੀਏ ਸਾਰਾ ਦਿਨ ਹੈ ਨਾ ਇਹ ਤਾਂ ਆਪਣੀ 50-60 ਕੈਲਰੀ ਜਿਹੜੀ ਖਪਤ ਹੁੰਦੀ ਹੈ ਜੇ ਆਪਾਂ ਖੜ੍ਹੇ ਰਹਾਂਗੇ ਥੋੜ੍ਹੀ ਜਿਹੀ ਹੋਰ ਵਧੂ ਜੇ ਕੰਮ ਕਰਾਂਗੇ ਤੁਰਾਂਗੇ ਹੋਰ ਵਧੂ ਜੇ ਆਪਾਂ ਕਾਹਲ ਨਾਲ ਜੋਗਿੰਗ ਕਰਾਂਗੇ ਹੋਰ ਕੈਲਰੀ ਖਪਤ ਹੋਊ ਜੇ ਆਪਾਂ ਰਨਿੰਗ ਕਰਾਂਗੇ ਭੱਜਾਂਗੇ ਫਿਰ ਹੋਰ ਖਪਤ ਹੋਊ ਐਵੇਂ ਫਰਕ ਤਾਂ ਪੈਂਦਾ ਹੈਗਾ ਪਰ ਉਨੀ ਘਰ ਦੇ ਕੰਮਾਂ ਨਾਲ ਨਹੀਂ ਫਰਕ ਪੈਂਦਾ ਹੈਗਾ ਜਿੰਨਾ ਬਾਹਰੇ ਭੱਜ ਕੇ ਪੈਂਦਾ ਸੈਰ ਵਗੈਰਾ ਦਾ ਪੈਂਦਾ ਅਤੇ ਚਲੋ ਜੀ ਇੰਨਾ ਕੁ ਸਮਾਨ ਲਿਆਂਦਾ ਸੀ ਹੁਣ ਮਾਸਟਰ ਜੀ ਆ ਗਏ ਨੇ ਰੱਸੀ ਟੱਪ ਕੇ ਦਿਖਾਉਣ ਹਾਂ ਹਾਂ ਚਲੋ ਜੀ ਅਸੀਂ ਰੱਸੀ ਦਾ ਚੈਲੇਂਜ ਲੈਂਦੇ ਹਾਂ ਵੀ ਕੌਣ ਵੱਧ ਟੱਪੂਗਾ ਉਹਨਾਂ ਨੂੰ ਵੀਵਰਸ ਦਾ ਕਲੈਪਿੰਗ ਦੇਣਗੇ ਦੇ ਵਾਸਤੇ ਦੇਖਾਂਗੇ ਸਭ ਤੋਂ ਵੱਧ ਰੱਸੀ ਕੌਣ ਟੱਪੂਗਾ ਮੇਰੇ ਕੋਲ ਪੁੱਛਿਆ ਆਪਾਂ ਗਰਮੀ ਵਿੱਚ ਪੂਰਾ ਵੇਟ ਕਢਾ ਲਓ ਤੇ ਫਿੱਟ ਹੋ ਜਾਂਦੇ ਆ ਸਰਦੀਆਂ ਦੇ ਪੇਟ ਦਾ ਨਾ ਸਰਦੀਆਂ ਦੇ ਆਪਾਂ ਖਾਣੇ ਸਾਗ ਕਿਉਂ ਖਾਦਾ ਹੁੰਦਾ ਸਰਦੀਆਂ ਚ ਖੋ ਆ ਕਿਉਂ ਪੰਜੀ ਚਲੋ ਜੇ ਪਰਸੀ ਟੱਪ ਕੇ ਦੇਖਦੇ ਆ ਪਰ ਅਸੀਂ ਬਾਹਰ ਟੱਪਾਂਗੇ ਮੱਝਾਂ ਦੇ ਮੈਟ ਤੇ ਕਿਉਂ ਮੱਝਾਂ ਦੇ ਮੈਟ ਤੇ ਕਿਉਂਕਿ ਜੀ ਫਸ ਗੜਾ ਹੁੰਦਾ ਮੇਰੇ ਪੈਰ ਦੀਆਂ ਦੁੱਖਣ ਲੱਗ ਜਾਂਦੇ ਮੇਰੇ ਜਿੱਤੂਗਾ ਤਮੇ ਲੋ ਸਭ ਤੋਂ ਪਹਿਲਾਂ ਰਿਪਨ ਕਹਿੰਦਾ ਮੈਂ ਟੱਪੂਗਾ ਮੈਂ ਇੱਥੇ ਟੱਪ ਲਾ ਮੈਂ ਤੁਸੀਂ ਟੱਪੋ ਮੈਂ ਇੱਥੇ ਟੱਪ ਨਹੀਂ ਪਰਾਂ ਹੋ ਜਾ ਪਰਾਂ ਹਾਂ
गेम्स ਦੇ ਵਿੱਚ ਹੁੰਦੀ ਸੀ ਮੈਂ ਜਦੋਂ ਮੈਂ ਪੜ੍ਹਦੀ ਸੀ ਤੇ ਮੈਂ 5-500 ਸਕਿਪਿੰਗ ਮੈਂ ਟੱਪ ਜਾਂਦੀ ਸੀ 500 ਸੌ ਤਾਂ ਮੈਂ ਹੁਣ ਵੀ ਟੱਪਦੀ ਕਿਉਂਕਿ ਕੁਝ ਤੋਂ ਵਜਨ ਵੀ ਘੱਟ ਸੀ ਕੁਝ ਮੈਂ ਐਕਟਿਵ ਰਹਿੰਦੀ ਸੀ ਉਦੋਂ ਜ਼ਿਆਦਾ ਮੈਂ ਖੇਡਾਂ ਵਗੈਰਾ ਦੇ ਵਿੱਚ ਸੀ ਮੰਮਾ 95 ਟੱਪੋਗੇ 450 ਸਕਿਪਿੰਗ ਮੈਂ ਬਿਨਾਂ ਲੱਤ ਦੇ ਰੱਸੀ ਜਿਹੜਾ ਇਹ ਟੱਪ ਜਾਂਦੀ ਸੀ ਤੇ ਹੁਣ ਟੱਪੇ ਨੇ 90 ਚਲੋ ਜੀ ਮੈਂ ਸਾਹ ਲੈ ਲਾ ਥੋੜੀ ਦੇਰ ਚ ਫਿਰਦੇ ਆ ਮੈਂ ਕਿਉਂ ਪਹਿਲਾਂ ਉਸੇ ਹਾਂ ਨਾ ਬਈ ਝੂਟੇ ਨਹੀਂ ਫਿਰਦੇ ਬਈ चलो जी बहुत मस्ती होगी तारा करके चलो जी मैं कट दी तारा तारा कड़न तो बाद थोड़ी देर च मिलते थानू क्योंकि जी मिलकिंग की वीडियो मैं थोड़े ना काफी बार शेयर कर चुकी हूँ जे कमेंट्स आए उजा आ जाए कदा कमेंट्स मिलकिंग की वीडियो बारे तो फिर मैं तिने मजा धार कटा आप कट्ठे ब्लॉग के आप थोड़ी देर च मिलते हैं मैं धार कट धारा क्डना जो टाइम है जी 5:30 हो गए ने मैं दो मजा की धारा कट दी झोटी अपनी थोड़ी जी लेट मिलती है कख खा के मिलूंगी तरबूज कट के दौ कहते खादा थी ग्राइंडर लेफ्ट
ठंडे ठंडे तरबूज बहुत ज्यादा स्वाद लगते हैं। बाजी ने करके देखना भी कि ਤੁਸੀਂ ਵੀ ਖਾ ਲੋ ਭੁੱਲ ਗਏ ਹਾਂ ਇਹ ਕੁਛ ਤਾਂ ਕੱਦੂ ਪਿਆ ਸਬਜ਼ੀ ਕਦੇ ਬਣਾਈ ਮੇਰੇ ਲਈ ਫਰਾਈਡ ਰਾਈਸ ਪੈਨ ਮੈਂ ਦੁਪਹਿਰ ਬਣਾ ਲਈ ਸੀ ਹਾਂ ਫਿਰ ਬਹੁਤ ਹੈ ਅਜੀ ਮੇਰਾ ਇਹ ਹੋ ਗਿਆ ਮੇਰੀ ਪਿੰਡ ਥੱਲੇ ਜੋ ਕੱਢੀ ਨਾ ਵੀ ਤੁਹਾਡੇ ਡੈਡ ਤੇ ਡੈਡ ਜੀ ਵਾਸਤੇ ਉਹ ਪੈਨ ਕਰਨੀ खा के फटाफट मैं कोई सब्जी की तैयारी कर दी कुछ सवेरे कद्दू बनाए से कुछ भिंडियां बना लेनी मैंने वीर ने दुपहरे फ्राइड राइस बनाए से बस मैं डिनर मेरा स्किप है बस मेरे तो यही डिनर है मेरे वास्ते प्लीज कमेंट जरूर कर दियो दीदी हाँ तुसी बजन घटा लोगे मैं मोटिवेट कर दियो फिर मैं कोशिश जारी रखूंगी चलो जी आप अज्ज दे व्लॉग दा एंड इत्थे करदे हां कल नूं नैक्सट व्लॉग नाल मिलदे हां तद तक दे लई सत श्री अकाल मेरा वास्ता रहे पंजाब खुश रहो आबाद रहो हसते रहो वसते रहो।